ਹੈਲੋ एवरीवन ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਪ੍ਰੋਵਾਈਡ ਕਰਵਾ ਰਹੀ ਹਾਂ ਜੀ ਤੁਹਾਡਾ ਜੋ ਟੀਚਿੰਗ ਸਬਜੈਕਟ ਹੈ ਜੀ ਪੈਡਾਗੋਜੀ ਆਫ ਸੋਸ਼ੀਓਲੋਜੀ ਇਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕੀ ਤੁਹਾਡਾ ਸਿਲੇਬਸ ਹੈ ਜੀ ਜਨਵਰੀ 2024 ਦੇ ਵਿੱਚ ਤੁਹਾਡੇ ਐਗਜ਼ਾਮ ਸਟਾਰਟ ਹੋ ਰਿਹਾ ਜੀ 16 ਜਨਵਰੀ ਤੋਂ ਕੀ ਤੁਹਾਡਾ ਸਿਲੇਬਸ ਰਹੇਗਾ ਕੀ ਪੂਰਾ ਪੈਟਰਨ ਹੈ ਜੀ ਉਹ ਆਪਾਂ ਦੇਖਾਂਗੇ ਤੁਹਾਨੂੰ ਪਤਾ ਹੀ ਹੈ ਜੀ ਤੁਹਾਡੀ ਥਿਊਰੀ ਜੋ ਹੁੰਦੀ ਹੈ ਜੀ ਉਹ 40 ਮਾਰਕਸ ਦੀ ਹੁੰਦੀ ਹੈ ਜੀ 10 ਮਾਰਕਸ ਤੁਹਾਡੇ ਇੰਟਰਨਲ ਪ੍ਰੈਕਟੀਕਲ ਦੇ ਹੁੰਦੇ ਆ ਟੋਟਲ ਜੇਕਰ ਮੈਂ ਗੱਲ ਕਰਾਂ ਤਾਂ 50 ਮਾਰਕਸ ਦਾ ਦੇ ਵਿੱਚੋਂ ਤੁਹਾਡੇ ਮਾਰਕਸ ਲੱਗਦੇ ਆ ਡੀ ਐਮ ਸੀ ਤੇ ਉੱਪਰ ਠੀਕ ਹੈ ਜੀ ਤੇ ਥਿਊਰੀ ਤੁਹਾਡੀ 40 ਮਾਰਕਸ ਦੀ ਹੈ ਤੇ 40 ਮਾਰਕਸ ਦੀ ਥਿਊਰੀ ਦੇ ਲਈ ਤੁਹਾਡੇ ਕਿਹੜੇ ਕਿਹੜੇ ਤੁਹਾਡਾ ਸਿਲੇਬਸ ਰਹਿਣ ਵਾਲਾ ਜੀ ਉਸ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਤੁਹਾਨੂੰ ਪਤਾ ਹੀ ਹੈ ਜੀ ਹਰ ਇੱਕ ਸਿਲੇਬਸ ਦੇ ਵਿੱਚ ਤੁਹਾਡੇ 4 ਯੂਨਿਟ ਹੁੰਦੇ ਆ ਫੋਰ ਯੂਨਿਟ ਦੇ ਵਿੱਚ 3 3 ਪਾਰਟਸ ਹੁੰਦੇ ਆ ਠੀਕ ਹੈ ਜੇਕਰ ਤੁਹਾਡੀ ਐਗਜ਼ਾਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਡੇ 5 ਯੂਨਿਟ ਹੁੰਦੇ ਆ ਜਿੰਦੇ ਵਿੱਚ 4 ਲੌਂਗ ਦੇ ਲਈ ਹੁੰਦੇ ਆ ਯੂਨਿਟ ਤੇ ਇੱਕ ਤੁਹਾਡਾ ਲਾਸਟ ਵਾਲਾ ਸ਼ਾਰਟ ਦੇ ਲਈ ਹੁੰਦਾ ਜਿੰਦੇ ਵਿੱਚ ਚਾਰ ਸ਼ਾਰਟ ਕੁਐਸਚਨ ਹੁੰਦੇ ਆ ਤੇ 2 ਮਾਰਕਸ ਦਾ ਤੁਹਾਡਾ ਇੱਕ ਜਿਹੜਾ ਆਨਸਰ ਹੈ ਉਹ ਹੁੰਦਾ ਹਰ ਇੱਕ ਯੂਨਿਟ ਦੇ ਵਿੱਚ ਤੁਸੀਂ 8 ਮਾਰਕਸ ਗੇਨ ਕਰਨੇ ਹੁੰਦੇ ਆ ਜੀ ਠੀਕ ਹੈ ਲੈ ਸਕਦੇ ਹੋ ਤੁਸੀਂ ਮੈਕਸਿਮਮ ਜਿੰਨੀ ਜਿੰਨਾ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣਾ ਆਨਸਰ ਹੈ ਉਹਨੂੰ ਅਟੈਂਪਟ ਕਰੋਗੇ ਸੋ ਪੈਡਾਗੋਜੀ ਆਫ ਸੋਸ਼ਲ ਸਟਡੀ ਸੋਰੀ ਪੈਡਾਗੋਜੀ ਆਫ ਸੋਸ਼ੀਓਲੋਜੀ ਦਾ ਆਪਾਂ ਜਿਹੜਾ ਸਿਲੇਬਸ ਹੈ ਡਿਸਕਸ ਕਰਾਂਗੇ ਜੀ ਪੈਡਾਗੋਜੀ ਆਫ ਸੋਸ਼ੀਓਲੋਜੀ ਠੀਕ ਹੈ ਆਜੋ ਜੀ ਫਰਸਟ ਯੂਨਿਟ 1 ਦੇ ਵਿੱਚ ਹੈ ਜੀ ਇੰਟਰੋਡਕਸ਼ਨ ਸੋ ਇਹਦੇ ਵਿੱਚ ਤੁਸੀਂ ਕੀ ਪੜੋਗੇ ਜੀ ਇਹ ਪਾਠ ਦੇ ਵਿੱਚ meaning nature scope and importance of sociology in modern context so ਤੁਸੀਂ ਸੋਸ਼ੀਓਲੋਜੀ ਦਾ ਮੀਨਿੰਗ ਪੜ੍ਹਨਾ ਹੋਊਗਾ ਜੀ ਇਹ ਪਾਰਟ ਦੇ ਵਿੱਚ ਨੇਚਰ ਪੜ੍ਹੋਗੇ ਜੀ ਸਕੋਪ ਪੜ੍ਹੋਗੇ ਇੰਪੋਰਟੈਂਸ ਪੜ੍ਹੋਗੇ ਠੀਕ ਹੈ ਇਹ ਤੁਸੀਂ ਸਾਰਾ ਕੁਝ ਪੜ੍ਹਨਾ ਹੈ ਜੀ ਮਾਡਰਨ ਕਨਟੈਕਸਟ ਦੇ ਵਿੱਚ ਬੀ ਦੇ ਵਿੱਚ ਤੁਸੀਂ ਪੜ੍ਹਨਾ ਜੀ ਰਿਲੇਸ਼ਨ ਆਫ ਸੋਸ਼ੀਓਲੋਜੀ ਵਿਦ ਅਦਰ ਸਬਜੈਕਟ ਸੋ ਰਿਲੇਸ਼ਨ ਕੀ ਹੈ ਜੀ ਸੋਸ਼ੀਓਲੋਜੀ ਦਾ ਅਦਰ ਸਬਜੈਕਟ ਦੇ ਨਾਲ रिलेशन ऑफ सोशियोलॉजी विद अदर सब्जेक्ट ਦੇ ਨਾਲ ਕੀ ਹੈ ਜੀ ਉਹ ਪੜੋਂਗੇ ਤੁਸੀਂ ਪੋਲੀਟੀਕਲ ਸਾਇੰਸ ਦੇ ਨਾਲ ਪੜੋਂਗੇ ਸੋਸ਼ੀਓਲੋਜੀ ਦਾ ਕੀ ਰਿਲੇਸ਼ਨ ਹੈ ਜੀ ਹਿਸਟਰੀ ਦੇ ਨਾਲ ਸੋਸ਼ੀਓਲੋਜੀ ਦਾ ਕੀ ਰਿਲੇਸ਼ਨ ਹੈ ਜੀ ਉਹ ਤੁਸੀਂ ਪੜੋਂਗੇ ਲਿਟਰੇਚਰ ਲੈਂਗੁਏजेस ਦਾ ਕੀ ਰਿਲੇਸ਼ਨ ਹੈ ਜੀ ਸੋਸ਼ੀਓਲੋਜੀ ਦੇ ਨਾਲ ਉਹਦੇ ਬਾਰੇ ਦੇ ਵਿੱਚ ਪੜੋਂਗੇ ਸਾਈਕੋਲੋਜੀ ਠੀਕ ਹੈ ਸੋ ਸੋਸ਼ੀਓਲੋਜੀ ਦਾ ਸਾਈਕੋਲੋਜੀ ਦੇ ਨਾਲ ਕੀ ਰਿਲੇਸ਼ਨ ਹੈ ਸੋਸ਼ੀਓਲੋਜੀ ਦਾ ਜੀਓਗ੍ਰਾਫੀ ਦੇ ਨਾਲ ਕੀ ਰਿਲੇਸ਼ਨ ਹੈ ਸੋ ਇਹ ਸਾਰਾ ਦੇ ਬਾਰੇ ਦੇ ਵਿੱਚ ਤੁਸੀਂ ਪੜੋਗੇ ਜੀ ਇਹਨੂੰ ਸੋਸ਼ੀਓਲੋਜੀ ਦੇ ਨਾਲ ਜਿਹੜਾ ਸਬੰਧਿਤ ਕਰਕੇ ਜਿਹੜਾ ਪੜਨਾ ਹੋਊਗਾ ਜੀ ਠੀਕ ਹੈ ਰਿਲੇਸ਼ਨ ਆਫ ਸੋਸ਼ੀਓਲੋਜੀ ਵਿਦ ਅਦਰ ਸਬਜੈਕਟ ਪੋਲੀਟੀਕਲ ਸਾਇੰਸ ਹਿਸਟਰੀ ਲਿਟਰੇਚਰ ਸਾਈਕੋਲੋਜੀ ਐਂਡ ਜੀਓਗ੍ਰਾਫੀ ਸੀ ਦੇ ਵਿੱਚ ਹੈਗਾ ਜੀ ਤੁਹਾਡਾ ਏਮਸ ਆਬਜੈਕਟਿਵ ਐਂਡ ਵੈਲਿਊਜ਼ ਆਫ ਟੀਚਿੰਗ ਆਫ ਸੋਸ਼ੀਓਲੋਜੀ ਤੁਸੀਂਸ ਦੇ ਆਬਜੈਕਟਿਵਸ ਦੇ ਐਂਡ ਵੈਲਿਊਜ਼ ਪੜ੍ਹਨੀਆਂ ਜੀ ਤੁਸੀਂ ਟੀਚਿੰਗ ਆਫ ਸੋਸ਼ੀਓਲੋਜੀ ਦੀਆਂ ਵਿਦ ਸਪੈਸ਼ਲ ਰੈਫਰੈਂਸ ਟੂ ਬਲੂਮ ਇਸ ਟੈਕਸਨੋਮੀ ਸੋ ਬਲੂਮ ਦੀ ਟੈਕਸਨੋਮੀ ਦੇ ਵਿੱਚ ਤੁਸੀਂ ਇਹ ਪੜ੍ਹਨਾ ਹੈ ਜੀ ਏਮਸ ਆਬਜੈਕਟਿਵਸ ਐਂਡ ਵੈਲਿਊਜ਼ ਆਫ ਟੀਚਿੰਗ ਆਫ ਸੋਸ਼ੀਓਲੋਜੀ ਵਿਦ ਸਪੈਸ਼ਲ ਰੈਫਰੈਂਸ ਟੂ ਬਲੂਮ ਇਸ ਟੈਕਸਨੋਮੀ ਸੋ ਕੋਜਾੜਾ ਟੌਪਿਕ ਹੈ ਜੀ ਤੁਹਾਨੂੰ ਸੋਸ਼ਲ ਸਟੱਡੀਜ਼ ਦੇ ਵਿੱਚੋਂ ਮਿਲ ਜਾਣੇ ਆ ਜੀ ਯੂਨਿਟ 2 ਹੈ ਜੀ ਮੈਥਡਸ ਐਂਡ ਟੈਕਨੀਕਸ ਠੀਕ ਹੈ ਇਹ ਪਾਰਟ ਹੈ ਜੀ ਮੈਥਡਸ ਆਫ ਟੀਚਿੰਗ ਲੈਕਚਰ ਮੈਥਡ ਸੋਰਸ ਮੈਥਡ ਡਿਸਕਸ਼ਨ ਮੈਥਡ ਤੇ ਪ੍ਰੋਬਲਮ ਸੋਲਵਿੰਗ ਮੈਥਡ ਠੀਕ ਹੈ ਇਹ ਤੁਹਾਨੂੰ ਜਿਹੜੇ ਆ ਸੋਸ਼ਲ ਸਟੱਡੀਆਂ ਦੇ ਵਿੱਚੋਂ ਜਿਹੜੇ ਟਾਪਿਕ ਆ ਮਿਲ ਜਾਣੇ ਆ ਕੰਪਲੀਟ ਨੋਟਸ ਆ ਜੀ ਲੈਕਚਰ ਮੈਥਡ ਦੇ ਸੋਰਸ ਮੈਥਡ ਦੇ ਡਿਸਕਸ਼ਨ ਮੈਥਡ ਤੇ ਮੈਥਡ ਦੇ ਤੇ ਪ੍ਰੋਬਲਮ ਸੋਲਵਿੰਗ ਮੈਥਡ ਦੇ ਠੀਕ ਹੈ ਜੀ ਯੂਨਿਟ 2 ਦਾ ਟਾਪਿਕ ਹੈਗਾ ਜੀ ਤੁਹਾਡੇ ਮੈਥਡਸ ਐਂਡ ਟੈਕਨੀਕਸ ਤੇ ਇਹ ਪੜਦਾ ਜੀ ਮੈਥਡਸ ਆਫ ਟੀਚਿੰਗ ਦੇ ਵਿੱਚ ਲੈਕਚਰ ਮੈਥਡ ਸੋਰਸ ਮੈਥਡ ਡਿਸਕਸ਼ਨ ਮੈਥਡ ਐਂਡ ਪ੍ਰੋਬਲਮ ਸੋਲਵਿੰਗ ਮੈਥਡ ਬੀ ਦੇ ਵਿੱਚ ਤੁਸੀਂ ਪੜੋਗੇ ਜੀ ਪ੍ਰੋਜੈਕਟ ਮੈਥਡ ਦੇ ਬਾਰੇ ਦੇ ਵਿੱਚ ਸਰਵੇ ਮੈਥਡ ਦੇ ਬਾਰੇ ਦੇ ਵਿੱਚ ਠੀਕ ਹੈ ਸੋ ਕਿਉਂ ਮੈਟ੍ਰਿਕ ਟੈਕਨੀਕਸ ਤੇ ਬਾਰੇ ਦੇ ਵਿੱਚ ਜਿਹੜਾ ਤੁਸੀਂ ਜਿਹੜਾ ਪੜੋਗੇ ਠੀਕ ਹੈ ਪ੍ਰੋਜੈਕਟ ਮੈਥਡ ਵੀ ਤੁਹਾਨੂੰ ਮਿਲ ਜੂਗਾ ਜੀ ਸੋਸ਼ਲ ਸਟਡੀਜ਼ ਦੇ ਵਿੱਚ ਸੋ ਸੀ ਦੇ ਵਿੱਚ ਤੁਸੀਂ ਮੜੋਗੇ ਜੀ ਮਾਡਰਨ ਟੈਕਨੀਕਸ ਐਂਡ ਡਿਵਾਈਸਸ ਅਸਾਈਨਮੈਂਟ ਸੈਮੀਨਾਰਸ ਠੀਕ ਹੈ ਸੈਂਪੋਸ਼ੀਅਮ ਡਰਾਮਟਾਈਜੇਸ਼ਨ ਇਲਸਟ੍ਰੇਸ਼ਨ ਕਾਉਸਨਿੰਗ ਆਈਸੀਟੀ ਇਨ ਟੀਚਿੰਗ ਆਫ ਆਫ ਸੋਸ਼ੀਓਲੋਜੀ ਸੋ ਇਹ ਤੁਹਾਡਾ ਸੀ ਦੇ ਵਿੱਚ ਰਹੂਗਾ ਜੀ ਤੁਹਾਡਾ ਸਿਲੇਬਸ ਏ ਬੀ ਸੀ ਹੈ ਜੀ ਜਿਹੜਾ ਔਖਾ ਲੱਗਦਾ ਉਹਨੂੰ ਸ਼ਾਰਟ ਦੇ ਲਈ ਕਰ ਲਓ ਜਿਹੜਾ ਔਖਾ ਲੱਗਦਾ ਉਹਨੂੰ ਲੌਂਗ ਦੇ ਲਈ ਕਰ ਦੋ ਕਈ ਵਾਰ ਗਲਤ ਸਪੈਲਿੰਗ ਬੋਲੇ ਜਾਂਦੇ ਆ ਤਾਂ ਉਹ ਤੁਸੀਂ ਦੇਖ ਲਿਓ ਆਪਣੇ ਆਪ ਠੀਕ ਹੈ ਜੀ ਏ ਬੀ ਸੀ ਹੈ ਜੀ ਤੇ ਦੋ ਕਰ ਲਓ ਲੌਂਗ ਦੇ ਲਈ ਇੱਕ ਸ਼ਾਰਟ ਦੇ ਲਈ ਕਰ ਲਓ ਜਿਹੜਾ ਵੀ ਤੁਹਾਨੂੰ ਔਖਾ ਲੱਗਦਾ ਹੈ ਜੀ ਮੈਥਡਸ ਐਂਡ ਟੈਕਨੀਕਸ ਹੈ ਜੀ ਠੀਕ ਹੈ ਜੀ ਯੂਨਿਟ ਸੈਕਿੰਡ ਹੈ ਜੀ ਅੱਗੋਂ ਆਜੋ ਜੀ ਤੁਹਾਡਾ ਯੂਨਿਟ 3 ਕੀ ਹੈ ਜੀ ਯੂਨਿਟ 3 ਹੈ ਜੀ ਕਰਿਕੂਲਮਸ ਕੰਸਟਰਕਸ਼ਨਸ ਦੇ ਬਾਰੇ ਦੇ ਵਿੱਚ ਤੁਸੀਂ ਪੜਨਾ ਹੋ ਗ ਤੁਹਾਡਾ A ਪਾਰਟ ਹੈ ਜੀ ਪ੍ਰਿੰਸੀਪल्स ਫਾਰ ਦਾ ਕਨਸਟਰਕਸ਼ਨਸ ਐਂਡ ਦਾ ਮੈਟਿਕ ਦਾ ਮੈਟਿਕ ਆਰਗੇਨਾਈਜੇਸ਼ਨ ਆਫ ਸੋਸ਼ੀਓਲੋਜੀ ਕਰਿਕੂਲਮਸ ਦੇ ਬਾਰੇ ਦੇ ਵਿੱਚ ਤੁਸੀਂ ਪੜੋਗੇ ਜੀ ਇਹ ਦੇ ਵਿੱਚ ਪ੍ਰਿੰਸੀਪल्स ਫਾਰ ਦਾ ਕਨਸਟਰਕਸ਼ਨਸ ਐਂਡ ਦਾ ਮੈਟਿਕ ਆਰਗੇਨਾਈਜੇਸ਼ਨ ਆਫ ਸੋਸ਼ੀਓਲੋਜੀ ਕਰਿਕੂਲਮਸ ਦੇ ਬਾਰੇ ਦੇ ਵਿੱਚ ਪੜੋਗੇ B ਦੇ ਵਿੱਚ ਤੁਸੀਂ ਪੜੋਗੇ ਜੀ ਅਪਰੋਚਸ ਆਫ ਆਰਗੇਨਾਈਜੇਸ਼ਨ ਆਫ ਸੋਸ਼ੀਓਲੋਜੀ ਕਰਿਕੂਲਮਸ ਸੋ ਬੀ ਦੇ ਵਿੱਚ ਤੁਸੀਂ ਕੀ ਪੜੋਗੇ ਜੀ ਅਪਰੋਚਸ ਆਫ ਆਰਗੇਨਾਈਜੇਸ਼ਨ ਆਫ ਸੋਸ਼ੀਓਲੋਜੀ ਕ curriculums ਦੇ ਬਾਰੇ ਦੇ ਵਿੱਚ ਪੜੋਗੇ ਜੀ ਯੂਨਿਟ ਬਾਰੇ ਪੜੋਗੇ ਕੌਨ ਕੌਨ ਸੈਂਟ੍ਰਿਕ ਦੇ ਬਾਰੇ ਵਿੱਚ ਪੜੋਗੇ ਐਂਡ ਟੋਪੀਕਲ ਦੇ ਬਾਰੇ ਦੇ ਵਿੱਚ ਜਿਹੜਾ ਤੁਸੀਂ ਪੜੋਗੇ ਜੀ ਬੀ ਪਾਰਟ ਦੇ ਵਿੱਚ ਸੀ ਦੇ ਵਿੱਚ ਤੁਹਾਡਾ ਰਹੂਗਾ ਜੀ ਕ੍ਰਿਟੀਕਲ ਅਨਾਲਾਈਸਸਸ ਆਫ ਸੋਸ਼ੀਓਲੋਜੀ ਸਿਲੇਬਸ ਐਟ ਦਾ ਸੀਨੀਅਰ ਸਕੈਂਡਰੀ ਸਟੇਜ ਸੋ ਸੀ ਦੇ ਵਿੱਚ ਤੁਸੀਂ ਕੀ ਪੜੋਗੇ ਜੀ ਕ੍ਰਿਟੀਕਲ ਐਨਾਲਾਈਸਿਸ ਪੜੋਗੇ ਜੀ ਆਫ ਸੋਸ਼ੀਓਲੋਜੀ ਸਿਲੇਬਸ ਦਾ ਐਟ ਦਾ ਸੀਨੀਅਰ ਸਕੈਂਡਰੀ ਸਟੇਜ ਠੀਕ ਹੈ ਜੀ ਸੀ ਦੇ ਵਿੱਚ ਕੀ ਪੜੋਗੇ ਕ੍ਰਿਟੀਕਲ ਐਨਾਲਾਈਸਿਸ ਆਫ ਸੋਸ਼ੀਓਲੋਜੀ ਸਿਲੇਬਸ ਹੁਸ ਤੋਂ ਅੱਗੇ ਆ ਜੀ ਤੁਹਾਡਾ ਯੂਨਿਟ 4th ਹੈ ਜੀ ਇਹਦੇ ਵਿੱਚ ਹੈਗਾ ਜੀ ਤੁਹਾਡਾ ਕੰਟੈਂਟ ਜਿੰਦੇ ਵਿੱਚ ਤੁਸੀਂ ਪੜੋਗੇ ਏ ਦੇ ਵਿੱਚ ਸੋਸ਼ਲ ਇਨਸਟੀਟਿਊਸ਼ਨਸ ਦੇ ਵਿੱਚ ਪੜੋਗੇ ਤੁਸੀਂ ਮੈਰਿਜ ਦੇ ਬਾਰੇ ਦੇ ਵਿੱਚ ਫੈਮਿਲੀ ਦੇ ਬਾਰੇ ਦੇ ਵਿੱਚ ਤੇ ਕਿਨਸ਼ਿਪ ਦੇ ਬਾਰੇ ਦੇ ਵਿੱਚ ਏ ਦੇ ਵਿੱਚ ਤੁਸੀਂ ਕੀ ਪੜੋਗੇ ਜੀ ਸੋਸ਼ਲ ਇੰਸਟੀਟਿਊਸ਼ਨਸ ਦੇ ਬਾਰੇ ਦੇ ਵਿੱਚ ਪੜੋਗੇ ਮੈਰिज ਫੈਮਲੀ ਤੇ ਕਿਨਸ਼ਿਪ ਠੀਕ ਹੈ ਬੀ ਦੇ ਵਿੱਚ ਤੁਸੀਂ ਪੜੋਗੇ ਜੀ ਸੋਸ਼ਲ ਸਟਰਕਚਰ ਦੇ ਬਾਰੇ ਦੇ ਵਿੱਚ ਜਿੰਦੇ ਵਿੱਚ ਤੁਸੀਂ ਇਹਦਾ मीनिंग ਪੜੋਗੇ ਉਸ ਤੋਂ ਬਾਅਦ ਤੁਸੀਂ ਇਹ ਐਲੀਮੈਂਟਸ ਪੜੋਗੇ ਐਲੀਮੈਂਟਸ ਕਿਹੜੇ-ਕਿਹੜੇ ਸਟੇਟਸ ਰੋਲ ਨਾਰਮਸ ਵੈਲਿਊਜ਼ ਪਾਵਰਸ ਐਂਡ prestree is ਠੀਕ ਹੈ ਇਹਦੇ ਬਾਰੇ ਦੇ ਵਿੱਚ ਤੁਸੀਂ ਪੜੋਗੇ ਬੀ ਦੇ ਵਿੱਚ ਸੋਸ਼ਲ ਸਟਰਕਚਰ ਦੇ ਬਾਰੇ ਦੇ ਵਿੱਚ ਕੀ ਕੁਝ ਤੁਸੀਂ ਪੜੋਗੇ ਬੀ ਦੇ ਵਿੱਚ मीनिंग ਪੜੋਗੇ ਜੀ ਸੋਸ਼ਲ ਸਟਰਕਚਰ ਦਾ 엘িমੈਂਟਸ ਦੇ ਵਿੱਚ ਤੁਸੀਂ ਪੜੋਗੇ ਜੀ ਸਟੇਟਸ ਰੋਲ ਨਾਰਮਸ ਵੈਲਿਊਜ਼ ਪਾਵਰ ਐਂਡ ਪ੍ਰੈਸਟਰੀ ਇਸ ਦੇ ਬਾਰੇ ਦੇ ਵਿੱਚ ਜਿਹੜਾ ਤੁਸੀਂ ਪੜੋਗੇ ਜੀ ਬੀ ਪਾਰਟ ਦੇ ਵਿੱਚ ਅਗੋ ਸੀ ਦੇ ਵਿੱਚ ਆਜੋ ਜੀ ਬਰੀਫ ਕੰਟਰੀਬਿਊਸ਼ਨ ਆਫ ਸੋਸ਼ਲ ਥਿੰਕਰਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੇ ਵਿੱਚ ਪੜੋਗੇ ਐਸ ਸੀ ਡੂਬੇ ਦੇ ਬਾਰੇ ਦੇ ਵਿੱਚ ਪੜੋਗੇ ਸਵਾਮੀ ਵਿਵੇਕਾਨੰਦਾ ਦੇ ਬਾਰੇ ਦੇ ਵਿੱਚ ਪੜੋਗੇ ਤੇ ਮਹਾਤਮਾ ਗਾਂਧੀ ਦੇ ਬਾਰੇ ਦੇ ਵਿੱਚ ਪੜੋਗੇ ਠੀਕ ਹੈ ਜੀ ਸੀ ਦੇ ਵਿੱਚ ਕੀ ਹੈ ਬ੍ਰਿਫ ਕੰਟ੍ਰਿਬਿਊਸ਼ਨ ਆਫ ਸੋਸ਼ਲ ਥਿੰਕਰਸ ਦੇ ਬਾਰੇ ਦੇ ਵਿੱਚ ਪੜੋਗੇ ਪੜੋਗੇ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੇ ਵਿੱਚ ਐਸ ਸੀ ਡੂਬੇ ਦੇ ਬਾਰੇ ਦੇ ਵਿੱਚ ਸਵਾਮੀ ਵਿਵੇਕਾਨੰਦ ਦੇ ਬਾਰੇ ਦੇ ਵਿੱਚ ਤੇ ਮਹਾਤਮਾ ਗਾਂਧੀ ਦੇ ਬਾਰੇ ਦੇ ਵਿੱਚ ਸੋ ਇਹ ਅਗਾਜੀ ਤੁਹਾਡਾ ਯੂਨਿਟ 4th ਕੰਟੈਂਟ ਜਿੰਦੇ ਵਿੱਚ ਤੁਹਾਡੇ ਤਿੰਨ ਪਾਰਟ ਸੀਗੇ ਕੋਈ ਵੀ ਕਰ ਲਓ ਜੀ ਇੱਕ ਸ਼ਾਰਟ ਦੇ ਲਈ ਤੇ ਦੋ ਕਰ ਲਓ ਲੌਂਗ ਦੇ ਲਈ ਤੁਹਾਡਾ ਇਹਦੇ ਨਾਲ ਹੀ ਤੁਹਾਡਾ ਕਵਰ ਹੋ ਜਾਣਾ ਸਾਰਾ ਸਿਲੇਬਸ ਤੇ ਤੁਹਾਡੇ ਐਗਜ਼ਾਮ ਦੇ ਵਿੱਚ ਜਿਹੜੇ ਕੁਐਸਚਨ ਵੀ ਐਸ ਅਕੋਰਡਿੰਗ ਤੁਹਾਡੇ ਜਿਹੜੇ ਸਹੀ ਜਿਹੜੇ ਤੁਹਾਨੂੰ ਮਤਲਬ ਕੀਤਾ ਹੋ ਗਿਆ ਇਸ ਤਰੀਕੇ ਦੇ ਨਾਲ ਜੇਕਰ ਤਿਆਰੀ ਤੁਸੀਂ ਤਾਂ ਤੁਹਾਨੂੰ ਸਾਰੇ ਦੇ ਸਾਰੇ ਕੁਐਸਚਨ ਹੀ ਆਉਂਦੇ ਹੋਣਗੇ ਮੇਰੀ ਗਾਰੰਟੀ ਹੈ ਜੀ ਜੇਕਰ ਧਿਆਨ ਦੇ ਨਾਲ ਪੜੋਗੇ ਠੀਕ ਹੈ ਜੇਕਰ ਕੋਈ ਕਿੰਦੇ ਵਿੱਚ ਟਾਪਿਕ ਛੱਡਦਾ ਕੋਈ ਕਿੰਦੇ ਵਿੱਚ ਛੱਡਦਾ ਫਿਰ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਸੋ ਇਸ ਜੀ ਤੁਹਾਡਾ ਕੰਪਲੀਟ ਜਿਹੜਾ ਸਿਲੇਬਸ ਸੀ ਜੀ ਪੈਡਾਗੋਜੀ ਆਫ ਸੋਸ਼ੀਓਲੋਜੀ ਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ WhatsApp ਗਰੁੱਪ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫਾਰ ਵਾਚਿੰਗ।